ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਡੀਸੀ ਦਫ਼ਤਰ ਅੱਗੇ 5 ਰੋਜ਼ਾ ਪੱਕਾ ਮੋਰਚਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਰੋਸ ਧਰਨੇ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਨੇਤਾਵਾਂ ਨੇ ਦੱਸਿਆ ਕਿ ਕੇਂਦਰ 'ਚ ਮੋਦੀ ਸਰਕਾਰ ਆਮ ਲੋਕਾਂ ਨੂੰ ਕਾਲਾ ਧਨ ਵਾਪਸ ਲਿਆਉਣ ਦਾ ਨਾਰਾ ਲਗਾ ਕੇ ਸੱਤਾ 'ਚ ਆਈ ਸੀ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਦੇ ਸੱਦੇ ਦੇ ਉੱਤੇ ਪਿੰਡਾਂ ਦੇ ਵਿੱਚ ਪੂਰੀ ਤਿਆਰੀ ਕਰਕੇ ਲੋਕਾਂ ਤੱਕ ਗੱਲ ਪਹੁੰਚਾ ਕੇ ਜਿਹੜੇ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਹੈ, ਅੱਜ ਅਸੀਂ ਪਹਿਲੇ ਦਿਨ ਧਰਨਾ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸਮੁੱਚੇ ਲੋਕ ਆਪਦਾ ਲੰਗਰ ਲੈ ਕੇ ਆਟਾ, ਦਾਲ, ਖੰਡ, ਦੁੱਧ ਇਹ ਸ਼ਾਮਿਲ ਕਰਕੇ ਬਿਸਤਰੇ ਲੈ ਕੇ ਪਹੁੰਚ ਰਹੇ ਨੇ ਧਰਨੇ ਦੇ ਵਿੱਚ। ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਹੈ, ਚੋਣਾਂ ਵੇਲੇ ਕੀਤੇ ਆ ਵੀ ਘਰ ਘਰ ਸਰਕਾਰੀ ਨੌਕਰੀ ਦੇਵਾਂਗੇ, ਕਰਜ਼ਾ ਸਮੁੱਚਾ ਮਾਫ਼ ਕਰਾਂਗੇ, ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਾਂਗੇ, ਅਤੇ ਜਿਹੜੀਆਂ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਆ ਚੋਣ ਮੈਨੋਫੈਸਟੋ ਦੇ ਵਿੱਚ, ਉਹ ਕੈਪਟਨ ਸਾਹਿਬ ਗੁਟਕਾ ਚੱਕ ਕੇ ਸਹੁੰ ਖਾਂਦਾ ਸੀ ਵੀ ਮੈਂ ਲਾਗੂ ਕਰੂੰਗਾ, ਅਸੀਂ ਹਰ ਹਾਲਤ ਇਹ ਵਾਅਦੇ ਲਾਗੂ ਕਰਾ ਕੇ ਰਹਾਂਗੇ ਸਰਕਾਰ ਨਾਲ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।